ਅਤੇ ਰੇਲਵੇ ਵਿਭਾਗ ਨੂੰ ਵੀ ਅਸੀਂ ਸਟੇਸ਼ਨ 'ਤੇ ਵੀ ਨੋਟ ਕਰਾਤਾ ਵੀ ਪਾਈਏ ਅਤੇ ਤੁਸੀਂ ਆਪਣਾ ਪ੍ਰਬੰਧ ਕਰੋ ਜਾਂ ਸੀਨੀਅਰਾਂ ਨੂੰ ਦੇ ਵਿੱਚ ਧਿਆਨ ਦੇ ਵਿੱਚ ਲਿਆਓ। ਬਣੇ ਨੂੰ ਤਕਰੀਬਨ 6 ਸਾਲ ਹੋ ਚੁੱਕੇ ਹਾਂ, 6 ਸਾਲਾਂ ਦੇ ਵਿੱਚ ਇਹ 5-6 ਵਾਰ ਰਿਪੇਅਰ ਹੋ ਚੁੱਕਿਆ ਹੈ। ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰੇ ਔਰ ਬੈਲ ਬਟਨ ਕੋ ਦਬਾਏ। जी मैं हरजिंदर सिंह चाची कलोनी सिंह जा टीवी देखने वाले सारे दर्शकों का स्वागत करता हाँ। अज असं आए हैं सानेवाल के रेलवे पुल से जो कि कुहाड़ा चंडीगढ़ रोड में जोड़ता है। सानेवाल तो इस पुल बने नूं तकरीबन 6 साल हो चुके हैं, 6 सालों के बच्चे 5-6 बार रिपेयर हो चुका है तो हूँ भी उत्थे बहुत बड़ा एक खड्डा पिया हुआ है जिस पुल के उपर जी बहुत हैवी व्हीकल 40-40 टन 50-50 टन वाली गड्डियां टिप्पर ओवरलोड टिप्पर जा रहे हैं। प्रशासन ने कोई भी ओवरलोड वाहन बंद नहीं किया, पुल बिल्कुल टुटिया पाया है, बड़े बड़े खड्डे पै चुके हैं। प्रशासन कहते बड़े इंतजार या बड़ा भी कोई हादसा हो जाए प्रशासन को चाहिए है कि इसे तुरंत बंद किया जाए। की नाम है जी अपना? सुरेंद्र भाटिया प्रधान जी, अपने कांग्रेस थानेवाल जी ब्लाक प्रधान। इधर प्रशासन ध्यान ही दे रहा, करिए कि 1 महीना हो गया जी टुटे नूं पुल, एडा खड्डा पिया होया, इहदा की पता एडे एडे ट्रक लंघदे ने, ओवरलोड ट्राले लंघदे ने, की पता किहड़े टाइम पूरा ट्रक का ट्रक चले जाए थले थले रेल गड्डी आउंदी। एडा वड्डा हादसा हो सकता कि पूरी रेल गड्डी भी उड़ सकती आ ते ट्रक दा जिहड़ा मरना मरना, ट्रक वाले ने मरना, जो ट्रक का नुकसान होना, जो पिछे गड्डियां आउंदियां ने उहनां दा नुकसान होना जी। हाँ जी, इहनूं 1 महीना तो मैनूं देखदे नूं हो गया जी, 1.5 महीना 1 महीना यह पुल बने 6 साल हो तकरीबन। हाँ जी हाँ जी हाँ जी, बस बाद कितनी बार रिपेयर हो चुके? ये घट्टो घट 20 बार जी, 20 बार रिपेयर हो चुका है जी। प्रशासन तो की मांग कर रहे? बड़ी आवाज उठाई है, प्रशासन ध्यान नहीं दे रहा। इधर अभी मुख्यमंत्री नूं कहांगे ਨਹੀਂ ਹੁਣ ਤੁਹਾਨੂੰ ਜੇ ਇਹ ਨਹੀਂ ਲੱਗਦਾ ਵੀ ਪ੍ਰਸ਼ਾਸਨ ਨੂੰ ਜਿਹੜੇ ਹੈਵੀ ਵਹੀਕਲ ਨੇ ਬੰਦ ਕਰਨੇ ਚਾਹੀਦੇ ਆ, ਜਿਹੜੇ ਓਵਰਲੋਡ ਜੋ ਚੱਲਦੇ ਨੇ ਇਹ? ਹਾਂਜੀ ਕਰਨੇ ਚਾਹੀਦੇ ਆ, ਉੱਥੇ ਪੁਲਿਸ ਖੜਾਉਣੀ ਚਾਹੀਦੀ ਆ। ਪ੍ਰਸ਼ਾਸਨ ਕੋਈ ਵੱਡੇ ਹਾਦਸੇ ਦੇ ਇੰਤਜ਼ਾਰ ਚ? ਪ੍ਰਸ਼ਾਸਨ ਇਹੀ ਸੋਚ ਰਿਹਾ ਵੀ ਕੋਈ ਵੱਡਾ ਹਾਦਸਾ ਹੋਵੇ, ਬਾਅਦ 'ਚ ਇਨਕੁਆਇਰੀ ਕਰੀਏ ਅਤੇ ਘਰ ਜਾਈਏ। ਰਵਿੰਦਰ ਸਿੰਘ ਪਿੰਡ ਸਾਹਨੇਵਾਲ। ਇਹ ਪੁਲ 2015 'ਚ ਬਣਿਆ ਜੀ, ਕਈ ਵਾਰੀ ਟੁੱਟ ਚੁੱਕਿਆ ਅਤੇ ਬਹੁਤ ਵਾਰੀ ਇਹਦੀ ਰਿਪੇਅਰ ਹੋਈ ਆ, ਜਦੋਂ ਵੀ ਰਿਪੇਅਰ ਕਰਦੇ ਫਿਰ ਦੁਬਾਰਾ ਟੁੱਟ ਜਾਂਦਾ। ਕਾਰਨ ਕੀ ਵੀ? ਘਟੀਆ ਮਟੀਰੀਅਲ ਆਇਆ, ਪੈਸੇ ਵੱਧ ਲੱਗੇ ਹੋਏ ਨੇ, ਸਾਡੇ ਤੱਕ ਕਿਸਾਨਾਂ ਨੂੰ ਰਾਹਤ ਹੀ ਨਹੀਂ ਮਿਲੀ ਚੀਜ਼ ਤੋਂ। ਹੁਣ ਵੀ ਦੇਖੋ ਤੁਹਾਡੇ ਪਿੱਛੇ ਬੋਰਡ ਪਏ ਨੇ, ਦਿਵਾਲੀ ਤੋਂ ਬਾਅਦ ਫਿਰ ਇਹਨਾਂ ਨੇ ਬੰਦ ਕਰ ਦੇਣੇ ਆ। ਇਹ ਬੋਰਡ ਲਿਆ ਕੇ ਰੱਖੇ ਹੋਏ ਦਿਵਾਲੀ ਕਰਕੇ, ਇਸ ਕਰਕੇ ਬੰਦ ਨਹੀਂ ਕੀਤੇ ਹੈਗੇ ਵੀ ਲੋਕ ਦੁਕਾਨਾਂ ਵਾਲੇ ਪਰੇਸ਼ਾਨ ਦੇ ਸਨ, ਤੰਗ ਕਰਨਗੇ। ਇੱਕ ਬਹੁਤ ਹੈਵੀ ਮਾਲ ਲੈ ਕੇ ਗੱਡੀਆਂ ਜਾਂਦੀਆਂ, ਕੰਟੇਨਰ ਟਿੱਪਰ ਰੇਤੇ ਵਾਲੇ ਟਰੱਕ, ਇਸ ਕਰਕੇ ਸਾਰੇ ਲੋਕ ਪਰੇਸ਼ਾਨ ਨੇ। ਇੱਕ ਟ੍ਰੈਫਿਕ ਬਹੁਤ ਜ਼ਿਆਦਾ ਹਾਈ ਸਪੀਡ ਆ ਰਹੇ ਨੇ, ਵੀ ਦੇਖਦੇ ਨਹੀਂ, ਰੋਜ਼ ਐਕਸੀਡੈਂਟ ਹੁੰਦਾ ਇੱਥੇ ਇਹਦਾ। ਤੁਸੀਂ ਇਹ ਕਹਿੰਦੇ ਹੋ ਵੀ ਦਿਵਾਲੀ ਤੋਂ ਬਾਅਦ ਬੰਦ ਕਰਨਾ, ਜੇ ਦਿਵਾਲੀ ਤੋਂ ਪਹਿਲਾਂ ਪੁਲ ਟੁੱਟ ਗਿਆ ਫਿਰ ਕੀ ਹਾਦਸਾ ਹੋ? ਇਹਦਾ ਸਰਕਾਰ ਜ਼ਿ੮ਮੇਵਾਰ ਹੋਈ ਜੀ, ਕੋਈ ਇੰਨਾ ਵੱਡਾ ਨੁਕਸਾਨ ਵੀ ਹੋ ਸਕਦਾ? ਕੀ ਨਾਮ ਆ ਜੀ ਆਪਣਾ? ਰਿੰਕੂ ਕਪਿਲਾ ਜੀ। ਇਹ ਜਿਹੜਾ ਸੰਨਿਆ ਦਾ ਰੇਲਵੇ ਪੁਲ ਕਿੰਨੇ ਸਾਲ ਪਹਿਲਾਂ ਬਣਿਆ? ਇਹਨੂੰ ਹੋ ਗਏ ਜੀ ਕੋਈ 8 ਕੁ ਸਾਲ ਹੋ ਗਏ, 7-8 ਸਾਲ ਦੇ ਰੇਟ 15 'ਚ ਬਣਿਆ। ਹਾਂਜੀ 15 ਦੇ ਵਿੱਚ ਬਣਿਆ। 15 ਉਸ ਤੋਂ ਬਾਅਦ ਕਿੰਨੀ ਵਾਰ ਬੰਦ ਹੋ ਚੁੱਕਿਆ? ਕਿੰਨੀ ਵਾਰ? ਇਹ 4 ਵਾਰੀ ਪੁਲ ਕਰੈਕ ਹੋ ਚੁੱਕਾ ਜੀ ਉੱਪਰੋਂ, ਹੁਣ ਵੀ ਕਰੈਕ ਆ। ਹਰ ਜਾਨੀ ਜੀ ਦਿਵਾਲੀ ਨੂੰ ਇਹਦੀ ਰਿਪੇਅਰ ਹੋਣੀ ਹੁੰਦੀ ਆ, ਪਰ ਐਕ ਦੀ ਇਹਨਾਂ ਨੇ ਬੰਦ ਨਹੀਂ ਕੀਤਾ ਕਿਉਂਕਿ ਬਾਜ਼ਾਰ ਵਾਲੇ ਤੱਕ ਨੇ ਜਾਮ ਬਹੁਤ ਲੱਗਦਾ ਵਾ। ਨਹੀਂ ਹੁਣ ਤੁਸੀਂ ਕਹਿੰਦੇ ਪੁਲ ਕਰੈਕ ਹੋਇਆ, ਹੁਣ ਵੀ ਕਰੈਕ ਆ ਜੀ ਉੱਪਰ ਜੀ? ਓਵਰਲੋਡ ਗੱਡੀਆਂ ਟਰੱਕ ਨਿਕਲਦੇ ਨੇ ਕਾਫੀ ਜ਼ਿਆਦਾ, ਕਿਸੇ ਵੀ ਨੁਕਸਾਨ ਹੋ ਸਕਦਾ ਜੀ? ਬਹੁਤ ਵੱਡਾ? ਹਾਂਜੀ ਹਾਂਜੀ, ਵੱਡਾ ਨੁਕਸਾਨ ਹੋ ਸਕਦਾ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ? ਪ੍ਰਸ਼ਾਸਨ ਤੋਂ ਮੰਗ ਹੈ ਵੀ ਇਹਨੂੰ ਰਿਪੇਅਰ ਕੀਤਾ ਜਾਵੇ ਚੰਗੇ ਤਰੀਕੇ ਨਾਲ, ਘਟੀਆ ਮਟੀਰੀਅਲ ਲੱਗਿਆ ਹੋਇਆ ਵਾ ਜਦੋਂ ਤੱਕ ਰਿਪੇਅਰ ਨਹੀਂ ਹੁੰਦਾ ਜਦੋਂ ਤੱਕ ਭਾਰੇ ਵਾਹਨ ਬੰਦ ਕਰਨੇ ਚਾਹੀਦੇ ਜੀ। ਭਾਰੇ ਵਾਹਨ ਜਾਮ ਲੱਗ ਜਾਂਦਾ, ਕੋਈ 2 ਕਿਲੋਮੀਟਰ ਤੱਕ ਜਾਮ ਲੱਗ ਜਾਂਦਾ ਵਾ ਉੱਪਰ, ਜਦੋਂ ਭਾਰੇ ਵਾਹਨ ਖੜੇ ਹੁੰਦੇ ਨੇ ਓਵਰਲੋਡ ਟਿੱਪਰ ਖੜੇ ਹੁੰਦੇ ਨੇ, ਸੀਮੈਂਟ ਆਹ ਦੂਏ ਜਾਂਦੇ ਆ, ਰੇਤੇ ਵਾਲੇ ਜਾਂਦੇ, ਰੇਤੇ ਵਾਲੇ ਟਿੱਪਰ ਜਾਂਦੇ, ਹਾਂਜੀ ਕੰਟੇਨਰ ਜਾਂਦੇ ਨੇ, ਕੰਟੇਨਰ ਜਾਂਦੇ ਆ। ਹਾਂਜੀ ਜਦੋਂ ਖੜੇ ਹੁੰਦੇ ਨੇ ਉਦੋਂ ਟੁੱਟਣ ਦਾ ਖਤਰਾ ਜ਼ਿਆਦਾ ਆ, ਬਹੁਤ ਜ਼ਿਆਦਾ ਖਤਰਾ ਜੀ। ਹਾਂਜੀ ਸ਼ਰਮਾ ਟੈਂਟ ਹਾਊਸ ਤੋਂ ਬੋਲ ਰਿਹਾ ਜੀ ਸੰਨੇਆਲ ਤੋਂ। ਜਿਸ ਦਿਨ ਦਾ ਇਹ ਪੁਲ ਬਣਿਆ ਉਸ ਤੋਂ ਬਾਅਦ ਇਹਦੀ ਰਿਪੇਅਰ ਹੀ ਚੱਲ ਰਹੀ ਹੈ, ਇਹ ਸਿਰਫ ਹੈਵੀ ਵਹੀਕਲ ਕਰਕੇ ਹੁੰਦਾ। ਇਹਨਾਂ ਨੂੰ ਚਾਹੀਦਾ ਕਿ ਇਹ ਪਿਛਲੀ ਵਾਰੀ ਲਾਸਟ ਜਦੋਂ ਇਹਨਾਂ ਨੇ ਠੀਕ ਕੀਤਾ ਸੀ ਇਹਨਾਂ ਨੇ ਕਿਹਾ ਸੀ ਹੈਵੀ ਵਹੀਕਲ ਬੰਦ ਕਰਾਂਗੇ, ਪਰ ਹਾਲੇ ਤੱਕ ਕੋਈ ਇਹਦਾ ਹੋਇਆ ਨਹੀਂ ਆ ਹਾਲੇ ਦਾ। ਕਰੈਕ ਹੋਏ ਨੇ ਪੁਲ 15-20 ਦਿਨ ਹੋ ਗਏ, 15-20 ਦਿਨ ਹੋ ਗਏ, ਸਿਰਫ ਇਹ ਦਿਵਾਲੀ ਕਰਕੇ ਬੰਦ ਆ, ਦਿਵਾਲੀ ਤੋਂ ਬਾਅਦ ਇਹ ਫੇਰ ਬੰਦ ਹੋਊਗਾ। ਪਹਿਲਾਂ ਪੁਲ ਟੁੱਟੇ ਜਾਵੇ, ਉਸ ਤੋਂ ਪਹਿਲਾਂ ਜਿਹੜੇ ਹਿਸਾਬ ਨਾਲ ਚੱਲ ਰਿਹਾ ਟ੍ਰੈਫਿਕ ਉਹ ਕੁਝ ਹੋ ਵੀ ਸਕਦਾ, ਵੱਡਾ ਹਾਦਸਾ ਵੀ ਹੋ ਸਕਦਾ।
ਅੱਛਾ ਜੀ, ਇਹ ਜਿਹੜਾ ਪੁਲ ਆਪਣਾ ਸਾਹਮਣੇ ਵਾਲਾ ਹੈਗਾ ਰੇਲਵੇ ਵਾਲਾ ਪੁਲ ਘੁਆੜਾ ਰੋਡ ਵਾਲਾ, ਇਹ ਟੁੱਟਿਆ ਹੋਇਆ ਇੱਕ ਮਹੀਨਾ ਹੋ ਗਿਆ। ਇਹਦੇ ਉੱਪਰ ਚੀ ਹੈਵੀ ਵਹੀਕਲ ਹਰੇ ਵੀ ਹੋਣ ਲੱਗੇ, ਓਵਰਲੋਡ ਟਿੱਪਰ ਨੇ ਜਿੱਦਾਂ 50 ਟਨ ਪਾ ਕੇ 40 ਟਨ ਪਾ ਕੇ, ਉਹਨਾਂ ਨੂੰ ਬੰਦ ਕਦੋਂ ਕਰ ਰਹੇ ਹੋ? ਅਸੀਂ ਵੇਖੋ ਜੀ, ਪਹਿਲਾਂ ਤਾਂ ਹੈਗਾ ਇਹਨਾਂ ਨੂੰ, ਅਸੀਂ ਆਪਣੇ ਆਪਣੇ ਡਿਪਾਰਟਮੈਂਟ ਨੂੰ ਵੀ ਨੋਟ ਕਰਾਤਾ, ਕੰਟਰੋਲ ਦਾ ਵੀ ਮੈਸੇਜ ਦੇਤਾ ਕਿ ਪਹਿਲਾਂ ਵੀ ਦੋ ਤਿੰਨ ਵਾਰੀ ਪੁਲ ਜਿਹੜਾ ਹੈ ਉੱਪਰੋਂ ਟੁੱਟ ਜਾਂਦਾ, ਕਿਉਂਕਿ ਵਹੀਕਲ ਇਹਦੇ ਉੱਤੋਂ ਦੀ ਬਹੁਤ ਜ਼ਿਆਦਾ ਹੈਵੀ ਵਹੀਕਲ ਜਿਹੜੇ ਨੇ ਉੱਪਰ ਦੀ ਲੰਘਦੇ ਨੇ, ਉਹਦੇ ਕਰਕੇ ਤਕਰੀਬਨ 5-6 ਮਹੀਨੇ ਬਾਅਦ ਇਹੋ ਜਿਹੀ ਪ੍ਰੋਬਲਮ ਆ ਜਾਂਦੀ ਆ। ਅਤੇ ਰੇਲਵੇ ਵਿਭਾਗ ਨੂੰ ਵੀ ਅਸੀਂ ਸਟੇਸ਼ਨ 'ਤੇ ਵੀ ਨੋਟ ਕਰਾਤਾ ਵੀ ਪਾਈਏ ਅਤੇ ਤੁਸੀਂ ਆਪਾਂ ਪ੍ਰਬੰਧ ਕਰੋ ਜਾਂ ਸੀਨੀਅਰਾਂ ਨੂੰ ਦੇ ਵਿੱਚ ਧਿਆਨ ਦੇ ਵਿੱਚ ਲਿਆਓ ਵੀ ਇੱਥੇ ਕੋਈ ਹਾਦਸਾ ਨਾ ਵਾਪਰ ਜੇ। ਅਤੇ ਅਸੀਂ ਆ ਦਿਵਾਲੀ ਦੇ ਮੱਦੇਨਜ਼ਰ ਥੋੜ੍ਹਾ ਜਿਹਾ ਧਿਆਨ ਰੱਖ ਲਿਆ ਵੀ ਜਿਹੜੇ ਛੋਟੇ ਵਹੀਕਲ ਉਹਨਾਂ ਨੂੰ ਨਾ ਰੋਕਿਆ ਜਾਵੇ, ਜਿਹੜੇ ਵੱਡੇ ਵਹੀਕਲ ਆ ਉਹਨਾਂ ਨੂੰ ਇੱਥੋਂ ਕੋਈ ਜਿਹੜੀ ਹੈਗੀ ਆ ਉਹ ਸਾਈਡ ਦਿੱਤੀ ਜਾਵੇ। ਜਿਸ ਤਰ੍ਹਾਂ ਸਾਡੇ ਹੁਣ ਸਾਹਨੇਵਾਲ ਬਾਈਪਾਸ ਜਿਹੜਾ ਸੀ ਉਹ ਰੋਡ ਬਣ ਗਿਆ, ਉਸ ਥਾਣੀ ਕੱਢ ਕੇ ਇਹ ਬਾਇਆ ਏਅਰਪੋਰਟ ਵਾਲੇ ਪਾਸੇ ਨੂੰ ਅਸੀਂ ਉਹ ਕਰ ਰਹੇ, ਪਲੈਨ ਕਰ ਰਹੇ ਹਾਂ, ਸ਼ਾਇਦ ਕੱਲ੍ਹ ਤੱਕ ਅਸੀਂ ਇਸ ਚੀਜ਼ ਨੂੰ ਕਰ ਦਿਆਂਗੇ ਕਿ ਜਿਹੜੇ ਕੋਈ ਬੈਰੀਕੇਡ ਵਗੈਰਾ ਲਾ ਕੇ ਜਿਹੜੀ ਟ੍ਰੈਫਿਕ ਆ ਉਹਨੂੰ ਆਪਾਂ ਉੱਥੋਂ ਸਮੂਥਲੀ ਕਿਸ ਪਾਸੇ ਨੂੰ ਸਾਈਡ ਨੂੰ ਚਲਾਈ ਜਾ ਸਕੇ। ਇਹਦੇ ਵਿੱਚ ਕੁਛ ਵੀ ਹਾਦਸਾ ਵਾਪਰ ਸਕਦਾ। ਹੁਣ ਦੇਖੋ ਐਡਾ ਬੜਾ ਮੋਗਾ ਪਿਆ ਪਿਆ ਆਪਣਾ, ਉਹਦੇ ਵਿੱਚ ਕਦੇ ਵੀ ਕੋਈ ਜਾਣੀ ਅਣਸਖਾਵੀ ਘਟਨਾ ਹੋ ਸਕਦੀ ਆ, ਉਹਦੇ ਸੰਬੰਧ ਵਿੱਚ ਤੁਹਾਡਾ ਕੀ ਕਹਿਣਾ? ਉਹਦੇ ਵਿੱਚ ਅਸੀਂ ਰੇਲਵੇ ਵਾਲਿਆਂ ਨੂੰ ਨੋਟ ਕਰਾਇਆ ਵੀ ਆਪਣੇ ਕੋਈ ਪਿੱਲਰ ਵਗੈਰਾ ਵੱਡੇ ਜਿਹੜੇ, ਕਿਉਂਕਿ ਛੋਟੇ ਪਿੱਲਰ ਰੱਖਦੇ ਹਾਂ, ਰਾਤ ਹਨੇਰੇ ਸਵੇਰੇ ਕੋਈ ਨਾ ਕੋਈ ਟਰਾਲੀ ਵਾਲਾ ਲੰਘਿਆ ਉਹ ਚੁੱਕ ਕੇ ਲੋਕ ਜਿਹੜੇ ਨੇ ਸਾਈਡ 'ਤੇ ਕਰ ਦਿੰਦੇ ਨੇ, ਅਤੇ ਅਸੀਂ ਉਹਨਾਂ ਨੂੰ ਇਨਫੋਰਮ ਕਰਤਾ ਵੀ ਜਿਹੜੇ ਵੱਡੇ ਪਿੱਲਰ ਨੇ ਉਹ ਉੱਥੇ ਲਿਆ ਕੇ ਰੱਖੇ ਜਾਣ, ਹੈਵੀ ਵੇਟ ਕੋਈ ਰੱਖਿਆ ਜਾਵੇ ਜਿਹੜਾ ਕਿ ਕਿਸੇ ਕੋਲ ਨੋਰਮਲ ਬੰਦੇ ਕੋਈ ਸਕੂਟਰ ਕਾਰ ਵਾਲੇ ਕੋਲ ਉਠਾਇਆ ਨਾ ਜਾ ਸਕੇ ਜਿਹਦੇ ਕਾਰਨ ਕੋਈ ਵੱਡਾ ਹਾਦਸਾ ਹੋਣ ਤੋਂ ਬਚ ਸਕੇ। ਹੁਣ ਕੱਲ੍ਹ ਇੱਕ ਲੁਧਿਆਣੇ ਤੁਹਾਨੂੰ ਪਤਾ ਵੀ ਸੜਕ ਦੇ ਵਿੱਚ ਇਹ ਜਿਹੜੀ ਸੜਕ ਨਾਲੇ ਸਕੂਟਰੀ ਦੇ ਬੱਚੇ ਸਕੂਲ ਜਾ ਰਹੇ ਸੀ, ਉਹਦੇ ਵਿੱਚ ਡਿੱਗ ਗਏ ਨੇ, ਉਹ ਫੱਟੜ ਹੋ ਗਏ ਨੇ, ਉੱਦਾਂ ਦਾ ਇੱਥੇ ਵੀ ਵੱਡਾ ਹਾਦਸਾ ਹੋ ਗਿਆ ਤਾਂ ਥੱਲੇ ਰੇਲਵੇ ਲਾਈਨ ਆ। ਚਾਲੀ ਤੁਸੀਂ ਕਹਿੰਦੇ ਸੱਠ ਹੋ ਸਕਦਾ, ਨਹੀਂ ਸੱਠ ਨੇ ਇਹਨਾਂ ਨੇ ਅੱਜ ਪਿੱਛੇ ਕੰਡਾ ਕਰਾਉਣ ਆ ਜਾਣਾ, ਪਿੱਛੇ ਕੰਡਾ ਕਰਾਉਣ ਆ ਜਾਣਾ, ਕੰਡਾ ਤਾਂ ਉੱਥੇ ਸਾਡਾ ਉੱਥੇ ਹੀ ਲੱਗਾ ਆਪਣੇ ਪਲਾਂਟ ਦੇ ਵਿੱਚ ਓਵਰਲੋਡ ਚੱਲ ਰਿਹਾ ਪੁੱਲ ਦਾ ਨੁਕਸਾਨ ਹੋਇਆ ਇਹਦੇ ਕੌਣ ਚ ਪਰਿਵਾਰ ਜੇ ਕੱਲ੍ਹ ਹਾਦਸਾ ਹੋ ਗਿਆ।